ਕਰੇ ਇੱਕ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸੋ ਅੱਜ ਬੜਾ ਭਾਗਾ ਭਰਿਆ ਦਿਨ ਹੈ ਬੜਾ ਖੁਸ਼ੀਆਂ ਦਾ ਮਾਹੌਲ ਹੈ ਜੀ ਇਸ ਖੁਸ਼ੀਆਂ ਦੇ ਮਾਹੌਲ ਨੂੰ ਹੋਰ ਵੀ ਦੂਣਾ ਚੋਣਾ ਕਰਨ ਦੇ ਲਈ ਤੁਹਾਡੇ ਸਾਹਮਣੇ ਪੰਜਾਬ ਦਾ ਯਾਨੀ ਕਿ ਮਾਲਵੇ ਦਾ ਪ੍ਰਸਿੱਧ ਲੋਕ ਨਾਚ ਮਲਵਈ ਗਿੱਧਾ ਲੈ ਕੇ ਹਾਜ਼ਰ ਹੋਇਆ ਸੋ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਅਸੀਂ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਵਿਰਸੇ ਨੂੰ ਸਾਂਭਣ ਦੀ ਸੋ ਜਿਸ ਨੂੰ ਪਹਿਲਾਂ ਬਾਬਿਆਂ ਦਾ ਗਿੱਧਾ ਕਿਹਾ ਜਾਂਦਾ ਸੀ ਸੋ ਅੱਜ ਕੱਲ੍ਹ ਮਲਵਈ ਗਿੱਧੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੋ ਜਦੋਂ ਇੱਕ ਗੱਭਰੂ ਦੀ ਬਰਾਤ ਘਰੋਂ ਗੁਰਦੁਆਰੇ ਵੱਲ ਚੱਲਦੀ ਆ ਤਾਂ ਸਾਡਾ ਪਿੰਡਾਂ ਦੀਆਂ ਨਵਾਣੀਆਂ ਜਾਂ ਬੀਬੀਆਂ ਨੂੰ ਆਦਤ ਹੁੰਦੀ ਆ ਕਿ ਕੰਧਾਂ ਕੋਲਾਂ ਦੇ ਉੱਪਰ ਦੇਖਣ ਦੀ ਸੋ ਦੇਖਦੀਆਂ ਦੇਖਦੀਆਂ ਨਾਲ ਇੱਕ ਦੂਜੇ ਨੂੰ ਕਹਿੰਦੀਆਂ ਮੋਢਾ ਜਾ ਮਾਰ ਕੇ ਕਹਿੰਦੀ ਸੰਤੀ ਪ੍ਰੇਮੀ ਧਨੀ ਆਨੰਦਪੁਰ ਆਖੇ ਨੀ ਮੈਂ ਕੰਧ ਉੱਤੇ ਤਾਈ ਨੂੰ ਬੁਲਾਉਣੀ ਆ ਅੰਮਾ ਪ੍ਰਤਾਪੀ ਆਪਣੇ ਮਰਨਾ ਕੀ ਜਾਣਾ ਚੱਲ ਮੈਂ ਵੀ ਬੀਹੀ ਵੱਲ ਤੁਰੀ ਆਉਣੀ ਆ ਲਾੜਾ ਵੇਖ ਲੈਣ ਦੇ ਸਾਡੀ ਬੀਹੀ ਵਿੱਚ ਲੰਘੇ ਸਰਦਾਰ ਕਿੰਨਾ ਵੇ ਤੇਰੀ ਚੜ੍ਹਦੀ ਕਲਾ ਸਦਾ ਰੱਖੂਗਾ ਸਤ ਕਰਤਾਰ ਕਿੰਨਾ ਵੇ ਤੇਰੀ ਚੜ੍ਹਦੀ ਕਲਾ ਸਦਾ ਰੱਖੂਗਾ ਸਤ ਕਰਤਾਰ ਲਈ ਤੁਹਾਡਾ ਸਾਥ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਪੇਸ਼ ਮਲਵਈ ਗਿੱਧਾ ਪਰਮਾਤਮਾ ਉਸ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੈ ਉਹ ਸੁਣੋ ਭਰਾ ਬੋ ਸੁਣੋ ਵੀਰ ਨੂੰ ਜੱਗ ਵੀ ਕਿਤੇ ਵਿੱਚ ਆਈਏ ਬਈ ਧਰਤੀ ਮਾਂ ਨੂੰ ਮੱਥਾ ਟੇਕ ਕੇ ਉਹ ਧਰਤੀ ਮਾਂ ਨੂੰ ਮੱਥਾ ਟੇਕ ਕੇ ਸਾਜਾ ਨੂੰ ਹੱਥ ਪਾਈਏ ਬਈ ਚਾਰ ਸਪੇਰੇ ਖੜੇ ਲੋਕ ਨੇ ਉਹ ਸਭ ਨੂੰ ਫਤਿਹ ਬੁਲਾਈਏ ਦਸਾਂ ਗੁਰਾਂ ਨੂੰ ਧਿਆ ਕੇ ਵੇਲੀਓ ਉਹ ਫਿਰ ਬੋਲੀਆਂ ਪਾਈਏ ਜ਼ੋਰ ਜਵਾਨੀ ਦੇ ਕਿਤੇ ਵਿੱਚ ਦਿਖਾਈਏ ਜ਼ੋਰ ਜਵਾਨੀ ਕਿਤੇ ਵਿੱਚ ਦਿਖਾਈਏ ਜ਼ੋਰ ਜਵਾਨੀ ਕਿਤੇ ਵਿੱਚ ਦਿਖਾਈਏ ਜ਼ੋਰ ਜਵਾਨੀ ਦੇ ਗੱਲ ਸੱਭਿਆਚਾਰ ਦੀ ਗੱਲ ਕਰਨ ਲੱਗੇ ਜੀ ਭਾਈ ਕਿਸੇ ਮਾਛੀ ਤੜਕੇ ਉੱਠ ਕੇ ਦੁੱਧ ਰਿੜਕਦੀਆਂ ਕੁੜੀਆਂ ਬਈ ਚਰਖੇ ਗੱਤਣੇ ਬਾਗ ਕੱਢਣੇ ਹੱਸੀ ਬਿਰਸੇ ਨਾਲ ਜੁੜੀਆਂ ਅੱਜ ਕੱਲ੍ਹ ਵਟਸਐਪ ਫੇਸਬੁੱਕ ਨੇ ਬਈ ਅੱਜ ਕੱਲ੍ਹ ਵਟਸਐਪ ਫੇਸਬੁੱਕ ਨੇ ਹਾਥੀ ਚੰਦ ਚੜਾਤਾ ਬਿਰਸਾ ਵਿਛੜ ਗਿਆ ਸੱਭਿਆਚਾਰ ਭੁਲਾਤਾ ਬਿਰਸਾ ਵਿਛੜ ਗਿਆ ਸੱਭਿਆਚਾਰ ਭੁਲਾਤਾ ਬਿਰਸਾ ਵਿਛੜ ਗਿਆ ਸੱਭਿਆਚਾਰ ਭੁਲਾਤਾ ਬਿਰਸਾ ਵਿਛੜ ਗਿਆ ਸਮਾਪਤੀ ਆ ਉਸ ਤੋਂ ਬਾਅਦ ਸਮਾਪਤੀ ਆ